ਤਸਵੀਰਾਂ ਪਿੰਡ ਤਾਰੇਵਾਲਾ ਤੋਂ ਸਾਹਮਣੇ ਆਈਆਂ, ਜਿੱਥੇ ਤੜਕਸਾਰ ਕਾਲਾ ਸਿੰਘ ਨਾਮ ਦੇ ਇੱਕ 70 ਸਾਲ ਦੇ ਬਜ਼ੁਰਗ ਦੀ ਡੈੱਡ ਬੋਡੀ ਪਿੰਡ ਦੇ ਬਾਹਰ ਆਰਿਆਂ ਦੇ ਨਜ਼ਦੀਕ ਖੇਤਾਂ ਵਿੱਚੋਂ ਮਿਲੀ ਹੈ। ਸੜਕ ਦੇ ਕੰਢੇ ਮਿਲੀ ਇਸ ਡੈੱਡ ਬੋਡੀ ਦੀ ਪਹਿਚਾਣ ਕਾਲਾ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਕਾਠਗੜ੍ਹ ਦਾ ਰਹਿਣ ਵਾਲਾ ਹੈ ਅਤੇ ਪਿੰਡ ਤਾਰੇਵਾਲਾ ਆਪਣੇ ਭਰਾ ਦੇ ਘਰ ਆਇਆ ਹੋਇਆ ਸੀ। ਦੱਸ ਦਈਏ ਕਿ ਮ੍ਰਿਤਕ ਘਰ ਤੋਂ ਸ਼ਾਮ 6:30 ਵਜੇ ਬਾਥਰੂਮ ਕਰਨ ਦੇ ਲਈ ਬਾਹਰ ਨਿਕਲਿਆ ਸੀ, ਲੇਕਿਨ ਘਰ ਨਹੀਂ ਪਰਤਿਆ, ਜਿਸ ਤੋਂ ਬਾਅਦ ਇਸ ਦੀ ਭਾਲ ਕੀਤੀ ਗਈ। ਦੱਸ ਦਈਏ ਕਿ ਮ੍ਰਿਤਕ ਦਾ ਇੱਕ ਬੇਟਾ ਹੈ ਜੋ ਫੌਜ ਦੇ ਵਿੱਚ ਗੁਜਰਾਤ ਵਿਖੇ ਤੈਨਾਤ ਹੈ, ਜਦਕਿ 2 ਬੇਟੀਆਂ ਨੇ। ਪਰਿਵਾਰ ਦੇ ਵੱਲੋਂ ਸਾਰੀ ਰਾਤ ਭਾਲ ਕੀਤੀ ਗਈ, ਲੇਕਿਨ ਕਾਲਾ ਸਿੰਘ ਨਹੀਂ ਮਿਲਿਆ। ਤਾਂ ਜਦ ਤੜਕਸਾਰ ਦੇਖਿਆ ਤਾਂ ਪਿੰਡ ਦੇ ਬਾਹਰ ਖੇਤਾਂ ਦੇ ਵਿੱਚ ਆਰੇ ਦੇ ਨਜ਼ਦੀਕ ਕਾਲਾ ਸਿੰਘ ਦੀ ਡੈੱਡ ਬੋਡੀ ਮਿਲੀ। ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਕਾਲਾ ਸਿੰਘ ਦਾ ਮਰਡਰ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ, ਜਦਕਿ ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹਰ ਇੱਕ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਪਿੰਡ ਦੇ ਵਿੱਚ ਹੀ ਕਿਸੇ ਦੇ ਨਾਲ ਘਰ ਵਾਲੀ ਜਗ੍ਹਾ ਨੂੰ ਲੈ ਕੇ ਲੜਾਈ ਝਗੜਾ ਚੱਲਦਾ ਸੀ ਅਤੇ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਉਹਨਾਂ ਦੇ ਬਜ਼ੁਰਗ ਨੂੰ ਮਾਰ ਕੇ ਇੱਥੇ ਸੁੱਟਿਆ ਗਿਆ, ਜਦਕਿ ਪੁਲਿਸ ਇਸ ਮਾਮਲੇ ਦੇ ਵਿੱਚ ਹਰ ਇੱਕ ਐਂਗਲ ਤੋਂ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਮਾਮਲੇ ਦੀ ਜਾਂਚ ਕਰਨ ਦੇ ਲਈ ਥਾਣਾ ਵੈਰੋਕਾ ਤੋਂ SHO ਚੰਦਰ ਸ਼ੇਖਰ ਅਤੇ ਜਲਾਲਾਬਾਦ ਸਬ ਡਿਵੀਜ਼ਨ ਦੇ DSP AR ਸ਼ਰਮਾ ਮੌਕੇ 'ਤੇ ਪਹੁੰਚੇ ਨੇ। ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਇੱਕ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੇ ਨੇ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਕਲੀਅਰ ਹੋ ਸਕੇਗੀ ਕਿ ਇਹ ਮਰਡਰ ਹੈ ਜਾਂ ਫਿਰ ਕੋਈ ਹਾਦਸਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਕਮਲੇਸ਼ ਕੌਰ ਭਾਬੀ ਕੀ ਰਿਸ਼ਤਾ ਸੀ ਇਹਨਾਂ ਨਾਲ? ਮੇਰੇ ਡੈਡੀ ਜੀ ਨੇ। ਕੀ ਗੱਲ ਹੋਈ ਹੈ? ਮੇਰੇ ਡੈਡੀ ਕੱਲ ਸ਼ਾਮ ਨੂੰ ਇੱਥੇ ਆਇਆ ਤਾਰੇ ਵਾਲੇ ਸਾਡੇ ਕੋਲ 5 ਵਜੇ। ਚਾਚਾ ਜੀ ਮੇਰੇ ਘਰ ਨਹੀਂ ਹੈਗੇ ਸੀ ਕੱਲ੍ਹ, ਅਤੇ ਇੱਥੇ ਰਹਿਣ ਆਏ ਅਤੇ ਗੁੱਡੀਆਂ ਨੂੰ ਕਹਿੰਦੇ ਰਾਤ 6:30 ਵਜੇ ਬਸ ਕਹਿੰਦੇ ਲਾਈਟ ਨਹੀਂ ਸੀ, ਕਹਿੰਦੇ ਮੋਬਾਈਲ ਦਾ ਚਾਨਾ ਲਗਾ ਕੇ ਸਬਜ਼ੀ ਕੱਟ ਲੈ। ਉਸ ਤੋਂ ਬਾਅਦ ਬਸ ਕਹਿੰਦੀ ਵੀ ਵੇਟ ਕਰਦੀ ਨਹੀਂ ਮੈਂ, 5-10 ਮਿੰਟ ਵੀ ਡੈਡੀ ਇੱਥੇ ਕਿਤੇ ਗਏ ਹੋਣਗੇ, ਵੇਟ ਕਰਦੀ ਨਹੀਂ ਆਏ। ਉਸ ਤੋਂ ਬਾਅਦ ਉਹਨੇ ਫੋਨ ਲਗਾਇਆ ਮੇਰੇ ਭਤੀਜੇ ਨੂੰ, ਕਹਿੰਦੇ ਆਰੀਅਨ ਡੈਡੀ ਤਾਂ ਨਹੀਂ ਪਿੰਡ ਗਏ? ਚਲੋ ਕਹਿੰਦੇ ਨਹੀਂ ਆਏ, ਸਾਈਕਲ 'ਤੇ ਆਏ ਸੀ, ਸਾਈਕਲ ਵੀ ਘਰ ਹੀ ਪਿਆ ਹੋਇਆ ਸੀ। ਕੁਛ ਕਹਿ ਕੇ ਨਿਕਲੇ ਕਰੋ? ਕੁਛ ਨਹੀਂ, ਕਹਿੰਦਾ ਵਾਸ਼ਰੂਮ ਜਾਈ ਆਵਾਂ ਮੈਂ। ਉਸ ਤੋਂ ਬਾਅਦ ਘਰੇ ਨਹੀਂ ਗਏ, ਅਤੇ ਜਦੋਂ ਫਿਰ ਆਰੀਅਨ ਕਹਿੰਦਾ ਮੇਰਾ ਭਤੀਜਾ ਕਹਿੰਦਾ ਮੈਂ ਚਲਾਉਣਾ ਹੈ, ਉੱਥੇ ਜਦੋਂ ਆਇਆ 8:15 ਵਜੇ ਆਇਆ, ਉਹਨੇ ਸਾਰਾ ਪਿੰਡ ਵੀ ਲੱਭਿਆ, ਇੱਧਰ ਬਾਬਾ ਗੰਡਾ ਜੀ ਹੈਗੇ ਨੇ ਉੱਧਰ ਵੀ ਲੱਭ ਕੇ, ਨਾਲੀ ਤੱਕ ਪਹਿਲਾਂ ਲੱਭਦੇ ਰਹੇ, ਫਿਰ ਇਹਨੇ 2 ਘੰਟੇ ਪੂਰਾ ਲੱਭਿਆ। ਮੈਨੂੰ ਫੋਨ ਕੀਤਾ ਕਹਿੰਦਾ ਮੈਂ ਕਿਹਾ ਵੱਡਿਆਂ ਨੂੰ ਦੱਸ ਦਈਏ। ਮੈਂ ਫਿਰ ਉਹਨੂੰ ਇਹ ਕਿਹਾ ਮੈਂ ਕਿਹਾ ਆਰੀਅਨ ਤੂੰ ਅਗਰ ਵਾਪਸ ਘਰੇ ਚਲਾ ਜਾ, ਹੋ ਸਕਦਾ ਡੈਡੀ ਘਰ ਨਾ ਚਲੇ ਗਏ ਹੁਣ ਪਿੰਡ। ਫਿਰ ਦੁਬਾਰਾ ਗਏ ਤਾਂ ਫਿਰ ਵੀ ਨਹੀਂ ਗਏ ਸੀ ਉੱਥੇ, ਅਤੇ ਫਿਰ ਦੁਬਾਰਾ ਅਸੀਂ ਮੇਰੇ ਬ੍ਰਦਰ ਨਾਲ ਵੀ ਗੱਲ ਕਰਦੇ ਰਹੇ ਜਿਹੜੇ ਫੌਜ 'ਚ ਗਏ, ਮੇਰੀ ਸਿਸਟਰ ਵੀ, ਅਸੀਂ ਰਾਤ 3 ਵਜੇ ਤੱਕ ਫਿਰ ਬੱਚਿਆਂ ਨੂੰ ਫਿਰ ਦੁਬਾਰਾ 12 ਵਜੇ ਭੇਜਿਆ ਸੀ, ਕਹਿੰਜ ਕਰੋ ਤੁਸੀਂ ਸਾਰੇ ਜਣੇ ਨਾ
6 7 ਮੁੰਡੇ ਨਾਲ ਲੈ ਕੇ ਤੇ ਤੁਸੀਂ ਸਾਈਡ ਸਾਈਡ ਤੇ ਨਾ ਉੱਤੋਂ ਕਾਰ ਤੋਂ ਲੈ ਕੇ ਨਾਲ ਹੀ ਤੱਕ ਵੇਖਦੇ ਗਏ ਮੋਬਾਈਲਾਂ ਦੀ ਲਾਈਟ ਨਾਲ ਫਿਰ ਇਧਰੋਂ ਐ ਨੂੰ ਆਏ ਇਧਰ ਵੀ ਵੇਖਦੇ ਗਏ ਸਾਨੂੰ 100% ਯਕੀਨ ਹੈਗਾ ਵੀ ਸਾਡੀ ਇੱਥੇ ਜਗ੍ਹਾ ਦਾ ਸੀ ਰੋਲਾ ਅੱਛਾ ਹਾਂਜੀ ਉਸ ਰੋਲੇ ਕਰਕੇ ਸਾਨੂੰ ਪਹਿਲਾਂ ਵੀ ਇਹਨਾਂ ਨੇ ਕਈ ਵਾਰ ਸਾਡੇ ਘਰ ਵਿੱਚ ਵੜ ਕੇ ਅੰਦਰ ਐਂਟਰ ਕਰਕੇ ਸਾਨੂੰ ਇਹਨਾਂ ਨੇ ਕਈ ਵਾਰੀ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹੋਈਆਂ ਨੇ ਕੌਣ ਲੋਕ ਇਹਨਾਂ ਕੋਲ ਅਸੀਂ ਜਗ੍ਹਾ ਖਰੀਦੀ ਹੋਈ ਸੀ ਸਨ 80-82 ਦੀ ਉਸ ਟਾਈਮ ਇਹਨਾਂ 2002 ਵਿੱਚ ਮੇਰੀ ਮਦਰ ਤੇ ਮੇਰੇ ਨਾਲ ਸਿਰ ਤੇ ਸੱਟਾਂ ਮਾਰੀਆਂ ਸੀ ਸਾਡਾ ਕੇਸ ਵੀ ਚੱਲਦਾ ਰਿਹਾ ਸੀ ਇਸ ਜਗ੍ਹਾ ਦਾ ਹੁਣ ਵੀ ਬਸ ਗਏ ਮੰਮੀ ਸਿੰਘ ਸੀ ਮੇਰੇ ਡੈਡੀ ਰਾਜ ਬ੍ਰਦਰ ਨੇ 1 ਵਜੇ 2 ਵਜੇ ਫੋਨ ਵੀ ਠਾਣੇ ਲਾਇਆ ਸੀਗਾ ਕਹਿੰਦੇ ਡੈਡੀ ਮੇਰੇ ਮਿਸ ਨੇ ਲੱਭਦੇ ਨਹੀਂ ਪਏ ਅਸੀਂ ਸਾਰੀ ਰਾਤ ਇਹਨਾਂ ਜਗ੍ਹਾ ਤੇ ਅਸੀਂ ਸਾਰੀ ਰਾਤ ਵੇਖ ਕੇ ਇਹਨੂੰ ਸੁਬਹਾ ਸੱਟਿਆ ਗਏ ਮਾਰ ਕੇ ਬਿਲਕੁਲ ਨਹੀਂ ਸੀ 7-8 ਮੁੰਡੇ ਲੱਭਦੇ ਰਹੇ ਇੱਧਰ ਉੱਧਰ ਕਦੀ ਉਹ ਸੜਕ ਤੇ ਕਦੀ ਉੱਧਰ ਲੱਭ ਲੱਭ ਕੇ ਨਹੀਂ ਮਿਲੇ ਸਾਨੂੰ ਯਕੀਨ ਇਹਨਾਂ ਬੰਦਿਆਂ ਤੇ ਪੂਰਾ ਯਕੀਨ ਜਿਹਨਾਂ ਨਾਲ ਤੁਹਾਡਾ ਰੌਲਾ ਸੀਗਾ ਜ਼ਮੀਨ ਦਾ ਕੰਬੋਜ ਬਰਾਦਰੀ ਹੈ ਸਾਡੇ ਨਾਲ ਬੜੇ ਸਾਲਾਂ ਤੋਂ ਇਹ ਜਗ੍ਹਾ ਅਸੀਂ ਖਰੀਦੀ ਹੋਈ ਸੀ ਸਾਡੇ ਘਰ ਵਿੱਚ ਜਾ ਕੇ ਵੀ ਇਹਨਾਂ ਨੇ ਕਈ ਵਾਰੀ ਹਮਲੇ ਕੀਤੇ ਨੇ ਸਾਡੇ ਕੇਸ ਤੱਕ ਵੀ ਚੱਲਦੇ ਪਏ ਨੇ ਅਦਾਲਤਾਂ ਵਿੱਚ ਸਾਨੂੰ ਇੰਨਾ ਪਤਾ ਹੈਗਾ ਵੀ ਸਾਡੇ ਦੁਸ਼ਮਣ ਸਾਨੂੰ ਇਹਨਾਂ ਨੂੰ ਮਾਰਿਆ ਗਿਆ ਮਰਦੇ ਨਹੀਂ ਸੀ ਤੁਹਾਡਾ ਕੀ ਨਾਂ ਹੈ ਕਮਲੇਸ਼ ਕੌਰ ਮੇਰਾ ਨਾਮ ਆ ਕੀ ਮਸਲਾ ਹੋਇਆ ਸਰ ਸਰ ਮੈਂ ਸਰਪੰਚ ਰਮੇਸ਼ ਸਿੰਘ ਪਿੰਡ ਕਾਠਗੜ੍ਹ ਤੋਂ ਜੀ ਇਹ ਜਿਹੜਾ ਜਿਹਦੀ ਇੱਥੇ ਡੈੱਡ ਬੋਡੀ ਮਿਲੀ ਹੈ ਕਾਲਾ ਸਿੰਘ ਪੁੱਤਰ ਸੁੰਦਰ ਸਿੰਘ ਦਾ ਇਹ ਕਾਠਗੜ੍ਹ ਦਾ ਰਹਿਣ ਵਾਲਾ ਹੈ ਜੀ ਇਹਨਾਂ ਦੀ ਇੱਥੇ ਪਿੰਡ ਤਾਰੇ ਵਾਲੇ ਵੀ ਥਾਂ ਹੈਗੀ ਹੈ ਅਤੇ ਸੁਬਹਾ ਰਾਤ ਮੈਨੂੰ ਫੋਨ ਗਿਆ ਜੀ ਅਸੀਂ ਉਹਦੀ ਭਾਲ ਕਰ ਰਹੇ ਹਾਂ ਸੁਬਹਾ ਅਸੀਂ ਬਾਬੇ ਤੋਂ ਲੋਸਮੈਂਟ ਵੀ ਕਰਵਾਈ ਹੈ ਉਹਦੀ ਪੜਤਾਲ ਤੋਂ ਸੁਬਹਾ ਪਤਾ ਲੱਗਿਆ ਜੀ ਉਹਦੀ ਸਾਨੂੰ ਇੱਥੇ ਤਾਰੇ ਵਾਲ ਦੇ ਨੇੜੇ ਆਰਿਆਂ ਦੇ ਕੋਲ ਉਹਦੀ ਡੈੱਡ ਬੋਡੀ ਮਿਲੀ ਹੈ ਪਰਿਵਾਰ ਦੇ ਦੱਸਣ ਮੁਤਾਬਕ ਸਾਨੂੰ ਪਤਾ ਚੱਲਿਆ ਵੀ ਉਹਨਾਂ ਦਾ ਥਾਂ ਦਾ ਰੌਲਾ ਵੀ ਇੱਥੇ ਹੈਗਾ ਜੀ ਤਾਰੇ ਵਾਲੇ ਜ਼ਮੀਨ ਦਾ ਕਾਫੀ ਦਰ ਕੋਰਟ 'ਚ ਚੱਲ ਰਿਹਾ ਅਤੇ ਇਹਨਾਂ ਦਾ ਅੱਗੇ ਵੀ ਰੌਲਾ ਚੱਲ ਰਿਹਾ ਜੀ ਪਰ ਹੁਣ ਵੇਖਣ ਤੋਂ ਪਤਾ ਲੱਗਦਾ ਜੀ ਪੁਲਿਸ ਮੁਲਾਜ਼ਮ ਮੌਕੇ 'ਤੇ ਫੋਨ ਕਰਤਾ ਸੀ ਪੁਲਿਸ ਵੀ ਆ ਗਈ ਹੈ ਉਹ ਆਪਦੀ ਡੈੱਡ ਬੋਡੀ ਲਿਜਾ ਕੇ ਇਹਦਾ ਹੁਣ ਆਪਦੀ ਜਾਂਚ ਕਰ ਰਹੇ ਨੇ ਸਾਡਾ ਤਾਂ ਕਹਿਣਾ ਇਹੀ ਹੈ ਜੀ ਜੇ ਇਸ ਬੰਦੇ ਦਾ ਮਰਡਰ ਕੀਤਾ ਗਿਆ ਹੈ ਜੋ ਵੀ ਬੰਦੇ ਜਿਹਨਾਂ ਨੇ ਮਰਡਰ ਕੀਤਾ ਹੈ ਉਹਦੇ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ ਬਾਕੀ ਇਹਦੀ ਰਿਪੋਰਟ ਆਉਣ 'ਤੇ ਪਤਾ ਲੱਗੇਗਾ ਜੀ ਇਹਦਾ ਮਰਡਰ ਕੀਤਾ ਗਿਆ ਜੀ ਕਿ ਐਕਸੀਡੈਂਟ ਕੇਸ ਹੈ ਜੀ ਜਿਹੜੇ ਹਾਲਾਤਾਂ 'ਚ ਡੈੱਡ ਬੋਡੀ ਮਿਲੀ ਤੁਹਾਨੂੰ ਕੀ ਲੱਗਦਾ ਸਰ ਹਾਲਾਤਾਂ ਦੇ ਮੁਤਾਬਕ ਤਾਂ ਐਂ ਲੱਗਦਾ ਜੀ ਜਿਵੇਂ ਵੀ ਇਹਦਾ ਮਰਡਰ ਕੀਤਾ ਗਿਆ ਜੀ ਕਿਉਂਕਿ ਤਾਰ ਇਹਦੀ ਬੱਝੀ ਵੀ ਸਾਰੀ ਜਿਹੜੀ ਕੰਡੇ ਵਾਲੀ ਤਾਰ ਲੱਗੀ ਵੀ ਖੇਤਾਂ 'ਤੇ ਵਾੜ ਕਰਨ ਲਈ ਉਹ ਬਿਲਕੁਲ ਸੇਫ ਖੜੀ ਹੈ ਤਾਰ ਤਾਰ ਤੋਂ ਪਾਰ ਸੱਟਿਆ ਪਿਆ ਜ਼ਮੀਨ ਦੇ ਵਿੱਚ ਜੀ ਜੇ ਐਕਸੀਡੈਂਟ ਕੇਸ ਹੁੰਦਾ ਤਾਂ ਜੀ ਤਾਰ ਨੂੰ ਵੱਜਦਾ ਤਾਰ ਟੁੱਟਦੀ ਤਾਰ ਦੇ ਬਾਹਰਲੇ ਪਾਸੇ ਪਿਆ ਜੀ ਇੱਕ ਵੇਖਣ ਜੋ ਹੋਰ ਗੱਲ ਹੈ ਸਰ ਇਹਦੇ ਜਿਹੜੇ ਬੂਟ ਸੀਗੇ ਨਾ ਜੀ ਸ਼ੂਜ਼ ਪਾਏ ਪੈਰਾਂ 'ਚ ਉਹ ਦੋਨੇ ਨਹੀਂ ਮਿਲੇ ਜੇ ਐਕਸੀਡੈਂਟ ਕੇਸ ਹੁੰਦਾ ਤਾਂ ਉਹਦੇ ਬੂਟ ਤਾਂ ਕੋਲ ਪਏ ਹੋਣਾ ਜੀ ਬਾਕੀ ਫਿਰ ਵੀ ਸਰ ਜੋ ਡਾਕਟਰੀ ਰਿਪੋਰਟ ਆਵੇਗੀ ਉਹਦੇ ਮੁਤਾਬਕ ਮੈਂ ਤਾਂ ਕਹਿੰਦਾ ਜੋ ਵੀ ਹੈਗਾ ਐਕਸੀਡੈਂਟ ਕੇਸ ਹੈ ਜਾਂ ਕੋਈ ਇਹਦਾ ਮਰਡਰ ਕੀਤਾ ਗਿਆ ਇਹਦੇ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ ਕਿੰਨੀ ਉਮਰ ਸੀ ਇਹਦੀ ਇਹਦੀ ਉਮਰ 50-55 ਸਾਲ ਦੇ ਲਗਭਗ ਹੈ ਜੀ ਕਿੰਨੇ ਧੀ ਪੁੱਤ ਹੈ ਇਹਦੇ ਇੱਕ ਬੇਟਾ ਹੈ ਜੀ ਉਹ ਆਪਣੇ ਪੰਜਾਬ ਫੌਜ 'ਚ ਹੈ ਜੀ ਉਹਦੀ ਗੁਜਰਾਤ ਡਿਊਟੀ ਹੈ ਅਤੇ ਦੋ ਇਹਦੀਆਂ ਲੜਕੀਆਂ ਨੇ ਦੋਨੇ ਮੈਰਿਡ ਨੇ ਜੀ ਇੱਕ ਇਹਦਾ ਭਰਾ ਰਹਿੰਦਾ ਤਾਰੇ ਵਾਲਾ ਉਹ ਕਿਤੇ ਮੈਰਿਜ 'ਤੇ ਗਿਆ ਸੀ ਉਹਦੀ ਛੋਟੀ ਬੇਟੀ ਸੀਗੀ ਉਹਦੇ ਕੋਲੋਂ ਰਹਿਣ ਵਾਸਤੇ ਆਇਆ ਸੀ ਰਾਤ ਇੱਥੇ ਜੀ ਹਾਂਜੀ ਜੀ ਸਰ ਇੱਕ ਡੈੱਡ ਬੋਡੀ ਮਿਲੀ ਹੈ ਪਿੰਡ ਤਾਰੇ ਵਾਲਾ ਤੋਂ ਕੀ ਸਰ ਮਾਮਲਾ ਹੈਗਾ ਇਹ ਕਾਲਾ ਸਿੰਘ ਨਾਂ ਦਾ ਵਿਅਕਤੀ ਹੈ ਉਮਰ 74 ਸਾਲ ਹੈ 1950 ਦਾ ਬਰਥ ਹੈ ਅਤੇ ਉਹਦੀ ਡੈੱਡ ਬੋਡੀ ਮਿਲੀ ਹੈ ਇਹ
ਅਤੇ ਇਹਦਾ ਬੇਟਾ ਇੱਕ ਆਰਮੀ 'ਚ ਹੈ, ਉਹਦਾ ਫੋਨ ਆਇਆ ਸੀ ਸਾਡੇ ਐਸਐਫ ਸਾਹਿਬ ਨੂੰ, ਅਤੇ ਫਿਰ ਅਸੀਂ ਮੌਕੇ 'ਤੇ ਵਿਜਿਟ ਕੀਤਾ ਅਤੇ ਜਿੱਦਾਂ ਕੰਪਲੇਂਟ ਹੋਏਗੀ, ਜਿੱਦਾਂ ਵੀ ਕੋਈ ਸਟੇਟਮੈਂਟ ਹੋਏਗੀ ਜਾਂ ਪੋਸਟਮਾਰਟਮ ਤੋਂ ਬਾਅਦ ਜਿੱਦਾਂ ਵੀ ਕੋਈ ਕਲੈਰਟੀ ਹੋਈ ਉਸ ਤਰੀਕੇ ਦੀ ਕਾਰਵਾਈ ਕਰ ਦਿੱਤੀ ਜਾਊਗੀ। ਸਰ ਪਰਿਵਾਰ ਕਹਿ ਰਿਹਾ ਕਿ ਉਹਨਾਂ ਦਾ ਕੋਈ ਲੜਾਈ ਝਗੜਾ ਚੱਲਦਾ ਸੀ, ਉਹ ਨਾਮ ਲੈ ਕੇ ਕਹਿ ਰਿਹਾ ਕਿ ਮਰਡਰ ਕੀਤਾ ਗਿਆ। ਦੇਖੋ ਮਰਡਰ ਦੀ ਵੀ ਇਨਵੈਸਟੀਗੇਸ਼ਨ, ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਅਸੀਂ ਉਹਨੂੰ ਮਰਡਰ ਦੇ ਨਜ਼ਰੀਏ ਨਾਲ ਹੀ ਦੇਖਦੇ ਹਾਂ, ਉਹਨੂੰ ਇਸੇ ਤਰੀਕੇ ਨਾਲ ਹੀ ਇਨਵੈਸਟੀਗੇਟ ਕਰਦੇ ਹਾਂ ਵੀ ਕੋਈ ਮਰਡਰ ਤਾਂ ਨਹੀਂ ਹੋ ਗਿਆ ਹੈਗਾ। ਇਸ ਹਾਦਸੇ ਨੂੰ ਵੀ ਅਸੀਂ ਉਸੇ ਐਂਗਲ ਤੋਂ ਦੇਖਾਂਗੇ, ਜੇ ਕੋਈ ਮਰਡਰ ਹੋਇਆ ਤਾਂ ਉਹਦੀ ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ। ਜੀ ਹੁਣ ਫਿਲਹਾਲ ਕੀ ਕੀਤਾ ਜਾ ਰਿਹਾ ਸਰ, ਡੈੱਡ ਬੋਡੀ ਕਬਜ਼ੇ 'ਚ ਲੈ ਲਈ? ਕਬਜ਼ੇ 'ਚ ਲੈ ਲਈ, ਹੁਣ ਪੋਸਟਮਾਰਟਮ ਕਰਾਵਾਂਗੇ, ਪੋਸਟਮਾਰਟਮ ਤੋਂ ਬਾਅਦ ਐਕਸੀਡੈਂਟਲ ਇੰਜਰੀ ਹੈ ਜਾਂ ਕੋਈ ਮਰਡਰ ਵਾਲੀ ਇੰਜਰੀ ਹੈ ਉਹ ਕਲੀਅਰ ਹੋ ਜਾਏਗਾ ਬਿਲਕੁਲ। ਹਾਂਜੀ ਠੀਕ ਸਰ, ਜੈ ਹਿੰਦ।